ਗ੍ਰਥਿਆ ਦੇਖਿਆ ਬਿੱਛੂ ਵੀ ਹੈਗੇ ਆ ਕੰਨ ਖਜੂਰੇ ਆ ਇਹ ਸ਼ਾਇਦ ਸਪਾਈਡਰ ਆ ਕੋਕਰੇਚ ਆ ਚੈੱਕ ਕਰੋ ਹਾਏ 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 ਫਾਈਨਲੀ ਟੁਕ ਟੁਕ ਤੇ ਬੈਠ ਕੇ ਆਪਾਂ ਆ ਗਿਆ ਜੀ ਆਪਣੇ ਹੋਟਲ ਓਏ ਹੋਏ ਆ ਦੇਖੋ ਆ ਨਿਚੜ ਗਏ ਪੂਰੇ ਇੱਧਰ ਦੇਖੋ ਹੋ ਗਿਆ ਗਿੱਲੇ ਬੈਗ ਦੇ ਗਿੱਲੇ ਹੋ ਗਏ ਆ ਦੇਖਿਓ ਚਲੋ ਹੁਣ ਚੈੱਕ ਇਨ ਕਰਦੇ ਆ ਆ ਰਾਈਡ ਮਜ਼ਾ ਆਇਆ ਯਾਰ ਘੈਂਟ ਹੀ ਵਧੀਆ ਚੀਜ਼ ਹੈ ਐਗਜ਼ੌਸਟ ਬੜਾ ਵਧੀਆ ਚਲੋ ਆ ਜਾਓ ਹੁਣ ਹੋਟਲ 'ਚ ਆਪਾਂ ਚੈੱਕ ਇਨ ਕਰ ਰਹੇ ਹਾਂ ਜੀ ਸਭ ਤੋਂ ਪਹਿਲਾਂ ਰੂਮ 'ਚ ਜਾ ਕੇ ਹੋਣਾ ਵਾ ਫਰੈਸ਼ ਕੱਪੜੇ ਚੇਂਜ ਕਰਨੇ ਆ ਅਤੇ ਕੁਛ ਖਾਣਾ ਵਾ ਅਤੇ ਫਿਰ ਨਿਕਲਦੇ ਆਪਾਂ ਬਾਹਰ ਉਹ ਕਿਹੜੀ ਰੋਡ ਆ ਹਾਊਸ ਹੰਗ ਖਾਲਸੰਗ ਰੋਡ ਖਾਲਸੰਗ ਰੋਡ ਫਾਈਨਲੀ ਅਸੀਂ ਥਾਈਲੈਂਡ ਪਹੁੰਚ ਚੁੱਕੇ ਹਾਂ ਜੀ ਅਤੇ ਇੱਕ ਵਾਰੀ ਸਾਡੇ ਆ ਰੂਮ ਦੀ ਹਾਲਤ ਦੇਖਿਓ ਯਾਰ ਤੁਹਾਡਾ ਭਲਾ ਹੋ ਗਿਆ ਕੀ ਕਰਤਾ ਯਾਰ ਪੈਸੇ ਵੀ ਬਦਲ ਰਹੇ ਜੀ ਥਾਈਲੈਂਡ ਬੈਂਕੋਕ ਪਹੁੰਚ ਚੁੱਕੇ ਜੀ ਯਾਰ ਜਿਹੜਾ ਏਅਰਪੋਰਟ ਤੋਂ ਸਾਡੇ ਹੋਟਲ ਤੱਕ ਦਾ ਸਫ਼ਰ ਹੀ ਨਾ ਯਾਰ ਤੁਸੀਂ ਲਾ ਲਓ ਕਿ ਬੈਂਕੋਕ ਏਅਰਪੋਰਟ 'ਤੇ ਆਪਾਂ ਜਿਵੇਂ ਉਤਰੇ ਹਾਂ ਬਾਰਿਸ਼ ਇੰਨੀ ਕੁ ਤੇਜ਼ ਪਈ ਆ ਆਪਾਂ ਜਾਣਾ ਖਾਓਸਨ ਰੋਡ ਜਾ ਰਹੇ ਹਾਂ ਉੱਥੇ ਥੋੜ੍ਹਾ ਨਾਈਟ ਲੈਬ ਦੇਖਾਂਗੇ ਨਾਲੇ ਕੁਛ ਸਟਰੀਟ ਫੂਡ ਆਪਾਂ ਖਾਵਾ ਪੀਵਾਂਗੇ ਭੁੱਖ ਬੁੱਲ ਗਈ ਹੈ ਅਤੇ ਨਾਲ ਕੌਫੀ ਪੀਣੀ ਇੱਕ ਵਾਟ ਇੰਡੀਆ ਦੇ 2.5 ਰੁਪਏ ਆਰ ਬੀ ਵੀਰਾ ਪਿਛਲੇ 6 ਸਾਲਾਂ ਤੋਂ ਇੱਥੇ ਥਾਈਲੈਂਡ 'ਚ ਰਹਿ ਰਹੇ ਨੇ 6 ਸਾਲ ਤੋਂ ਮਤਲਬ ਮੈਂ ਆ ਜਾ ਰਿਹਾ ਪਹਿਲੇ 2 ਸਾਲ ਔਰ 4 ਸਾਲ ਤੋਂ ਮੈਂ ਰੈਗੂਲਰ ਰਹਿ ਰਿਹਾ ਇੱਥੇ ਥਾਈਲੈਂਡ ਮਤਲਬ ਕਿ ਇਹਨਾਂ ਨੂੰ ਚੱਪਾ ਚੱਪਾ ਪਤਾ ਵਾ ਬੈਂਕੋਕ ਪਤਾਇਆ ਫੁਕੇਟ ਹਰ ਇੱਕ ਜਗ੍ਹਾ ਦਾ ਥਾਈਲੈਂਡ ਦੇ ਵਿੱਚ ਕਾਫੀ ਜਗ੍ਹਾ ਹੈ ਵੇਖਣ ਵਾਲੀਆਂ ਮਤਲਬ ਬਹੁਤ ਜਗ੍ਹਾ ਹੈ ਪਰ ਸਿਰਫ ਬੈਂਕੋਕ ਪਤਾਇਆ ਔਰ ਫੁਕੇਟ ਦਾ ਸਾਰਾ ਚੱਪਾ ਚੱਪਾ ਪਤਾਇਆ ਅਰੇ ਕਿਆ ਕਿਆ ਕਰੂੰ ਮੈਂ ਇਸਕਾ ਕਿਆ ਕਰੂੰ ਕਿਆ ਕਰੂੰ ਇਸਕਾ ਕਿਆ ਕਰੂੰ ਮਾਰ ਵੀ ਨਹੀਂ ਸਕਤਾ ਜੇਬ ਚ ਲੀਕ ਹੋ ਗਈ ਤੇ ਬ੍ਰੈਸਲੇਟ ਪਾਇਆ ਸੀ ਵੀਰੇ ਨੇ ਉਹ ਬ੍ਰੈਸਲੇਟ ਤੇ ਇੰਕ ਲੱਗ ਗਈ ਕਿਤੇ ਬਾਰ ਬਾਰ ਲੱਗੀ ਕਿੱਥੇ ਜਾ ਰਹੀ ਆ ਤੇ ਆਹ ਦੇਖ ਲਓ ਆਹ 5000 ਦੀ ਆਹ ਸ਼ਰਟ ਖਰਾਬ ਹੋ ਗਈ ਨੁਕਸਾਨ ਹੋ ਗਿਆ ਯਾਰ ਹੁਣ ਇੱਥੇ ਬਰਗਰ ਕਿੰਗ ਆਏ ਜੀ ਆਰਡਰ ਕਰ ਦਿੱਤਾ ਹੋਇਆ ਵਾ 262 ਦਾ ਆਰਡਰ ਹੋਇਆ ਵਾ ਅਤੇ 3 ਬਰਗਰ ਅਤੇ ਇੱਥੇ ਨਾ ਥਾਈਲੈਂਡ ਦੇ ਵਿੱਚ ਸਿਰਫ ਇੱਕ 20 ਦਾ ਨੋਟ ਹੈ ਜਿਹੜਾ ਕਿ ਪਲਾਸਟਿਕ ਦਾ ਵਾ ਇਹਦੇ ਵਿੱਚ ਹੋਰ ਵੀ ਹੈਗੇ ਨੋਟ ਪਰ ਇਹ ਕਾਗਜ਼ ਵਾਲਾ ਵੀ ਹੁੰਦਾ ਪਰ ਇਹਦੇ ਵਿੱਚ ਹੁਣ ਪਲਾਸਟਿਕ ਦਾ ਆ ਚੁੱਕਿਆ 20 ਦੇ ਵਿੱਚ 2-3 ਮਹੀਨੇ ਹੀ ਹੋਏ ਬਾਕੀ ਸਾਰੇ ਆ ਨੋਰਮਲ ਆ ਪੇਪਰ ਵਾਲੇ ਆ ਬਟ ਆ ਪਲਾਸਟਿਕ ਵਾਲਾ ਵਾ ਹਾਂ ਸਿਰਫ ਇੱਕ 20 ਦਾ ਨੋਟ ਆ ਇੱਧਰ ਨਾ ਯਾਰ ਬਾਹਰ ਇੱਥੇ ਮਾਰ ਆ ਦੇਖੋ ਰੇੜੀਆਂ ਲੱਗੀਆਂ ਹੋਈਆਂ ਵਾ ਇੰਨੀ ਕੁ ਗੰਦੀ ਸਮੈਲ ਆ ਰਹੀ ਨਾ ਇੱਥੋਂ ਕੀ ਦੱਸੀਏ ਇੱਧਰ ਆ ਜੂਸਿਸ ਆ ਕੀ ਆ ਦੇਖਿਓ ਇਸ ਲਈ ਆਰਡਰ ਹੀ ਬਰਗਰ ਕਿੰਗ ਕੀਤਾ ਸੀ ਯਾਰ ਉੱਥੋਂ ਚਿਕਨ ਮਲਾ ਖਾ ਲੈਂਦੇ ਹਾਂ ਗੱਲ ਸੁਣਿਓ ਗੱਲ ਸੁਣੋ ਆਕਟੋਪਸ ਖਾਣਾ ਇੱਧਰ ਆਓ ਨਾ ਨਾ ਸਕੁਇਡ ਹੈਗੀ ਜੀ ਆਲੀ ਸਕੁਇਡ ਆ ਆਕਟੋਪਸ ਹੈ ਛੋਟੇ ਵਾਲੇ ਯਾਰ ਦੇਖ ਲਓ ਕੀ ਕੀ ਖਾਂਦੇ ਇੱਥੇ ਅਮਨ ਵੀਰਾ ਹੁਣ ਆਕਟੋਪਸ ਖਾਣ ਲੱਗਾ ਵਾ ਵਨ ਡਿਸ ਕੀ ਖਵਾਈ ਜਾਂਦੇ ਮੈਨੂੰ ਸਕੁਇਡ ਗੇਮ ਕਰ ਦੇਣੀ ਆਪਾਂ ਸਕੁਇਡ ਗੇਮ ਥਾਈਏ ਬਹੁਤ ਖਾਂਦੇ ਭਰਾ ਇਹ ਤਾਂ ਛੱਡਦੇ ਨਹੀਂ ਕੋਈ ਇਹ ਤਾਂ ਨੋਰਮਲ ਚੀਜ਼ ਆ ਮੈਂ ਤਾਂ ਯਾਰ ਤੁਹਾਨੂੰ ਉਹ ਖਾਣਾ ਵੇਖਣਾ ਚਾਹੁੰਦਾ ਵਾਂ ਓਏ ਉੱਡ ਗਿਆ ਓਏ ਦੋ ਸਕਿਡ ਤੇ ਇੱਕ ਕੀ ਕਹਿੰਦੇ ਆਕਟੋਪਸ ਆਇਆ 60 ਵਾਟ ਦਾ ਕਿੰਨੇ ਨੇ 60 ਵਾਟ
ਆ ਸਕਵਿਡਾ ਠੀਕ ਆ ਅਰੇ ਮੈਂ ਗਾਲਾਂ ਨਾ ਕੱਢਿਓ ਭਰਾ ਕਿਹੜਾ ਹੀ ਖਾਈ ਜਾਂਦੇ ਸਭ ਤੋਂ ਪਹਿਲੇ ਮੈਂ ਟਰਾਈ ਕਰਦਾ ਠੀਕ ਆ ਚਲੋ ਤੁਸੀਂ ਤਾਂ ਪਹਿਲਾਂ ਵੀ ਖਾਦਾ ਹੋਇਆ ਸਕਵਿਡ ਅਸੇਂ ਗਾਰੇ ਸਕਵਿਡ ਬੜੇ ਬਲ ਹਾਏ ਹਾਏ ਕਿਹੜਾ ਨੇ ਚਬਾਈ ਨਹੀਂ ਜਾਣੀ ਖੜ ਜਾਓ ਮੇਰੀ ਸ਼ਰਟ ਤੇ ਨਾ ਪੈ ਜੇ ਇੱਕ ਮਿੰਟ ਇਹੀ ਤੇ ਖਾਣੀ ਪੈਣੀ ਆ ਕਰੋ ਹਾਏ ਹਾਏ ਕਿੱਦਾਂ ਦੀ ਲੱਗੀ ਪ੍ਰੌਨਸ ਵਰਗਾ ਹੀ ਆ ਪ੍ਰੌਨਸ ਆ ਯਾਰ ਕਿਹੋ ਜਿਹੇ ਬੰਦੇ ਮਿਲਣਾ ਯਾਰ ਕੀ ਕੁਛ ਖਾਈ ਜਾਂਦੇ ਆ ਪ੍ਰੌਨਸ ਵਰਗੇ ਆ ਹੁਣ ਅਮਨ ਵੀਰਾ ਖਾਣ ਲੱਗਾ ਵਾ ਸਕਵਿਡ ਗੇਮ ਆਏ ਹਾਏ 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 ਇਹ ਤਾਂ ਟੱਟੀ ਹੈ ਸੁੱਟ ਦੇ ਉੱਥੇ ਉੱਥੇ ਕੋਈ ਨਹੀਂ ਉਹ ਆਪਣੇ ਬਰਗਰ ਆ ਗਏ ਸੱਚ ਅਬੇ ਜਲਦੀ ਬੋਲ ਕੱਲ ਸਵੇਰ ਪਨਵੇਲ ਨਿਕਲ ਹੁਣ ਅਸੀਂ ਆਏ ਹਾਂ 7-11 ਕੌਫੀ ਪੀਣ ਵਾਸਤੇ ਇੱਥੇ ਸੈਲਫ ਸਰਵਿਸ ਆ ਮਤਲਬ ਕੌਫੀ ਆਪ ਬਣਾਉਣੀ ਪੈਂਦੀ ਹੈ ਐਸਪ੍ਰੈਸੋ ਇੱਥੇ ਸਾਨੂੰ ਬਸ ਆਹੀ ਸਮਝ ਆਈ ਆ ਇਹਨਾਂ ਚ ਕੋਈ ਸਮਝ ਨਹੀਂ ਆਜਕਲ ਨੈਸਟੀ ਆ ਇਹ ਵਾਲੇ ਥਾਈਟੀ ਆ ਬਟ ਆਪਾਂ ਐਸਪ੍ਰੈਸੋ ਪੀਵਾਂਗੇ ਚਲੋ ਮੈਂ ਵੀ ਤੁਹਾਡਾ ਪਲਾ ਹੋ ਜੇ ਥੋੜੀ એનર્ਜੀ ਚਾਹੀਦੀ ਹੈ ਨਾ ਯਾਰ ਕਿਉਂਕਿ ਸਾਈ ਦਾ ਕਰਦਾ ਘੁੰਮਣਾ ਵਾ ਅੱਗੇ ਤਾਂ ਬਹੁਤ ਬਹੁਤ ਏਦਾਂ ਦੇ ਯਾਰ ਕੀੜੇ ਮਕੌੜੇ ਬਹੁਤ ਖਾਂਦੇ ਆ ਇਹ ਪਿੱਛੇ ਦੇਖੇ ਹੋਣੇ ਵਲੋਗਾਂ ਦੇ ਵਿੱਚ ਤੁਹਾਨੂੰ ਅੱਜ ਦਿਖਾਵਾਂਗੇ ਖੁਦ ਵੀ ਦੇਖਾਂਗੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਸੋ ਇੱਧਰ ਬਿੱਲ ਕਰਾਈਏ ਚੇਅਰਸ ਬ੍ਰੋ ਚੇਅਰਸ ਚੇਅਰਸ ਆ ਵੱਡੇ ਕੱਪ ਚੱਕੇ ਤੁਸੀਂ ਹੈ ਤਾਂ ਮੈਂ ਕਿਹਾ ਹੀ ਮੀਡੀਅਮ ਚੱਕ ਲਓ ਨਹੀਂ ਕੋਈ ਚੱਕਰ ਨਹੀਂ ਹੈ ਕਿੱਦਾਂ ਦੀ ਧੁੱਪ ਦਾ ਸਾਊਂਡ ਦੇਖਿਓ ਕਿੰਨਾ ਸੋਹਣਾ ਹੁਣ ਅਸੀਂ ਕਾਓਬੋਏ ਸਟਰੀਟ ਘੁੰਮ ਕੇ ਅਸੀਂ ਆ ਰਹੇ ਹਾਂ ਖਾਓਸਨ ਰੋਡ ਕਾਓਬੋਏ ਸਟਰੀਟ ਤੇ ਸਾਰੇ ਬਾਰ ਵਗੈਰਾ ਹੀ ਯਾਰ ਸਾਰੇ ਉਥੇ ਕਲੱਬ ਵਗੈਰਾ ਵੇ ਐ ਕਰਕੇ ਮਨੂ ਸ਼ਰਮ ਨਹੀਂ ਆ ਗਈ ਉੱਥੇ ਤੇ ਸਾਡੀਆਂ ਕੈਸ ਤੇ ਅਸੀਂ ਐ ਕਰਕੇ ਤੁਰਦੇ ਵੀ ਹੁਣ ਉਹ ਨਾ ਲਾਈਟਾਂ ਇੰਨਾ ਵਧੀਆ ਲਾਈ ਹੁੰਦੇ ਨੇ ਕਿ ਅਟਰੈਕਸ਼ਨ ਹੁੰਦੀ ਹੈ ਅਟਰੈਕਟ ਕਰਦੇ ਆ ਬੰਦੇ ਨੂੰ ਨੇ ਵੀ ਵਿਊਅਰਸ਼ਿਪ ਆ ਠੀਕ ਆ ਜਿਹੜੇ ਥਾਈਲੈਂਡਰ ਨਹੀਂ ਆਏ ਹਜੇ ਮਤਲਬ ਇੱਕ ਹਾਈਲਾਈਟ ਦੇ ਰਹੇ ਆ ਵੀ ਅਸੀਂ ਕਿੱਦਾਂ ਦਾ ਥਾਈਲੈਂਡ ਹੈਗਾ ਖਾਓਸਨ ਰੋਡ ਉੱਥੇ ਦਾ ਜਿਹੜਾ ਨਾਈਟ ਲਾਈਫ ਹਨਾ ਇਸ ਟਾਈਮ ਜੋ ਸੀਨ ਹੋਊਗਾ ਟਾਈਮ 11 ਵੱਜ ਗਿਆ ਤੇ ਇਸ ਟਾਈਮ ਨੂੰ ਦੇਖਣ ਵਾਲਾ ਹੁੰਦਾ ਸੋ ਜਾ ਕੇ ਦੇਖਦੇ ਆ ਨਾ ਹੁਣ ਸਟਾਰਟ ਹੋ ਜਾਣਾ ਤੇ ਰਾਤ ਕਿੰਨੇ ਵਜੇ ਤੱਕ ਹੁੰਦਾ 3-4 ਵਜੇ ਤੱਕ 2 ਵਜੇ ਅਫੀਸ਼ੀਅਲ ਟਾਈਮ ਬੰਦ ਹੋ ਜਾਂਦਾ ਪਰ ਜਦੋਂ ਪੁਲਿਸ ਆਉਂਦੀ ਨਾ 2 ਵਜੇ 3 ਕ ਵੱਜ ਜਾਣਾ 4 ਹਾਂ 4 ਸੋ ਜਾ ਕੇ ਦੇਖਦੇ ਆ ਯਾਰ ਉੱਥੋਂ ਦੀ ਵੀ ਨਾਈਟ ਲਾਈਫ ਬਾਕੀ ਤੁਸੀਂ ਪਿੱਛੇ ਦੇਖ ਲਿਆ ਕਾਓਬੋਏ ਸਟਰੀਟ ਤੇ ਕੀ ਹਾਲ ਆ ਹੁਣ ਆਪਾਂ ਟੈਕਸੀ ਕਰਾਈ ਆ ਟੈਕਸੀ ਵੀ ਦੇਖ ਲਓ ਸ਼ੀਸ਼ੇ ਕਾਲੇ ਆ ਇੱਥੇ ਕਿੰਨੀ ਸੋਹਣੀ ਲੱਗ ਟੈਕਸੀ ਵੀ ਕਿੰਨੀ ਸੋਹਣੀ ਲੱਗ ਰਹੀ ਸੀ ਪਰ ਆ ਕੀ ਚੀਜ਼ ਹੈ ਇਹ ਮਿੱਠਾ ਮਿੱਠਾ ਸਵੀਟ ਹੈ ਆ ਟ੍ਰਾਈ ਕਰੀਏ ਇਹ ਥਾਈ ਸਵੀਟ ਆ ਬੜੀ ਵਧੀਆ ਹੈ 20 ਬਾਸ ਦੇ ਯਾਰ 30 ਅਸੀਂ ਖਾਣ ਲੱਗੇ ਜੀ ਆ ਥਾਈ ਸਵੀਟ ਆ ਆ ਸਵਾਦ ਯਾਰ ਮਿੱਠਾ ਬੜਾ ਭਰ ਦੇ ਜਿਹਨੇ ਭਾਈ ਨੂੰ ਵੀ ਟ੍ਰਾਈ ਕਰਾਓ ਨਹੀਂ ਕੁਲਫੀ ਦਾ ਕੌਣ ਕਰਦਾ ਨਹੀਂ ਹੈ ਖਾਓ ਖਾਓ
ਗਰਮ ਹੈ ਨਾ ਹਾਂ ਹਾਂ ਤਾਜ਼ੀ ਤਾਜ਼ੀ ਬਣਾਈ ਇਹਨਾਂ ਨੇ ਸਵਾਲ ਇਹਨੂੰ ਕਿੰਨੇ ਕੀ ਆ ਇਹਨੂੰ ਯਾਰ ਇੱਥੇ ਲਿਖਿਆ ਹੋਣਾ ਆ ਕ੍ਰਿਸਪੀ ਪੈਨਕੇਕ ਹਾਂ ਕ੍ਰਿਸਪੀ ਪੈਨਕੇਕ ਇਹ ਥਾਈ ਕ੍ਰਿਸਪੀ ਪੈਨਕੇਕ ਆ ਜੀ ਬੜੇ ਟੇਸਟੀ ਆ ਵਧੀਆ ਪਾਣੀ ਪੀ ਗਿਆ ਯਾਰ ਜਿਵੇਂ ਉਹ ਬੁੱਢੀ ਮਰੇ ਝਾਟਾ ਨਹੀਂ ਹੁੰਦਾ ਉਹੋ ਜਿਹਾ ਟੇਸਟ ਆ ਕੋਟਨ ਕੈਂਡੀ ਹਾਂ ਅੱਗ ਬੰਦ ਕੀਤਾ ਹੁਣ ਅਸੀਂ ਆਏ ਜੀ ਇੱਧਰ 7-Eleven ਪਾਣੀ ਚੱਕਣ ਵਾਸਤੇ ਅਤੇ ਅਸੀਂ ਖਾਓ ਸਨ ਸਟਰੀਟ ਦੇ ਬਿਲਕੁਲ ਲਾਗੇ ਪਹੁੰਚ ਚੁੱਕੇ ਹਾਂ ਬਾਹਰ ਮਾਰਕੀਟ ਆ ਫੂਡ ਦੀ ਉੱਥੋਂ ਪੈਨਕੇਕ ਖਾ ਕੇ ਅਤੇ ਪਾਣੀ ਚੱਕਣਾ ਹੈ ਜੀ ਪਾਣੀ ਪੀ ਕੇ ਚੱਲਦੇ ਆਪਾਂ ਘੁੰਮਦੇ ਹਾਂ ਖਾਓ ਸਨ ਤੁਹਾਨੂੰ ਪਿੰਕ ਅੰਡਾ ਖਵਾਵਾਂ ਪਿੰਕ ਅੰਡਾ ਕਲਰ ਕੀਤਾ ਤੁਹਾਨੂੰ ਇਹਨਾਂ ਨੇ ਨਹੀਂ ਨਹੀਂ ਆ ਚੈੱਕ ਕਰੋ मगरमाश रखे वा साइज मीडियम 150 बाट साइज लार्ज 200 बाट हाउ मच फॉर वोल मच फॉर वोल पूरा ही ठेका मारन फिर दे तुई 2000 बाट 20000 बाट 20,000 baht. Yeah. Very expensive. ਹੁਣ ਇੱਧਰ ਸ਼ੋਪ ਦੇ ਅੰਦਰ ਆਏ ਯਾਰ ਬਾਹਰ ਤੇ ਲਾ ਲਓ ਕਿ ਚਾਰੇ ਬੰਦੇ ਬਸ ਮਿਊਜ਼ਿਕ ਮਿਊਜ਼ਿਕ ਹੋਰ ਕੋ ਸੋਹਣੀ ਨਹੀਂ ਰਿਹਾ ਬਲੇ ਘੈਂਟ ਘੈਂਟ ਬਾਈ ਬਾ ਯਾਰ ਬਹੁਤ ਸੋਹਣੀ ਬਾਈ ਬਾ ਯਾਰ ਸਰੂਰ ਚੜਾ ਜਾਂਦੀ ਹੈਨਾ ਬਲੇ ਮਿਊਜ਼ਿਕ ਨਾਲ ਹੀ ਯਾਰ ਤੁਹਾਡਾ ਨਾ ਦਿਮਾਗ ਨਾਲ ਕਿ ਉਹ ਐਦਾ ਸਮਝ ਗਏ ਨਾ ਤੁਸੀਂ ਹੁਣ ਵਾਰੀ ਆ ਕੰਨ ਖਜੂਰੇ ਖਾਣ ਦੀ ਨਹੀਂ 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 10-15 ਬਾਰ ਖਾ ਲਓ ਜੀ ਇੱਥੇ ਆ ਦੇਖਿਆ ਬਿੱਛੂ ਵੀ ਹੈਗੇ ਆ ਕੰਨ ਖਜੂਰੇ ਆ ਇਹ ਸ਼ਾਇਦ ਸਪਾਈਡਰ ਆ ਕੋਕਰੇਚ ਆ ਹਾਏ ਹਾ ਕੀ ਕੁਛ ਹੈ ਯਾਰ ਕੀ ਖਾਓਗੇ चलो मेरे आ खा लो यार बस एक इतने वीडियो बनाने की टिप देनी पैंती है देखो की कुछ है देख लो छोटे हाँ बिच्छू भी है वड्डे भी है देख लो पुलिस की गड्डी भी आ गई है ए पहला बंद नहीं करवाना है वैसे चिकर मारना है केड़ा मारना है यार बाकी यार मजा पूरा आ रहा है कैंड भाई भाई ਹੁਣ ਅਸੀਂ ਰਾਤ ਦੇ 4 ਵਜੇ ਆ ਸ਼ੋਰਮਾ ਖਾਣ ਲੱਗੇ ਹਾਂ ਜੀ ਅਸੀਂ ਸਾਰੀ ਰਾਤ ਇੱਥੇ ਘੁੰਮਦੇ ਰਹੇ ਆ ਸਟਰੀਟ ਤੇ ਹੀ ਕਿਆ ਮਾਹੌਲ ਸੀ ਯਾਰ ਤੇ ਹੁਣ ਜਾ ਕੇ ਭੁੱਖ ਲੱਗ ਗਈ ਆ ਬਹੁਤ ਜ਼ਬਰਦਸਤ ਚਿਲੀ ਟੋਮੇਟੋ ਸੌਸ ਮੇਓ 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 ਓਕੇ ਗਾਰਲਿਕ ਜਾਂ ਤਾਂ ਸ਼ੋਰਮਾ ਆ ਰੋਟੀ ਰੋਟੀ ਜਾਂ ਆ ਰੋਟੀ ਆ ਪੈਨਕੇਕ ਲਾ ਲਓ ਬਨਾਨਾ ਕੇਕ ਜਾਂ ਇਧਰ ਆ ਰਾਈਸ ਨੂਡਲ ਆ ਤੇ ਜਾਂ ਫਿਰ ਇਧਰ ਫਰੂਟਸ ਆ ਇਹ ਵੀ ਚਿਕਨ ਯਾਰ ਗੰਦਾ ਹੀ ਲੱਗ ਰਿਹਾ ਵਾ ਇੱਧਰ ਫਰੂਟਸ ਆ ਅਸੀਂ ਸੋਚਿਆ ਕਿ ਚਲੋ ਸ਼ੋਰਮਾ ਖਾਂਦੇ ਹਾਂ ਹੁਣ ਤਾਂ ਸਾਰੇ ਆ ਕਲੱਬ ਵਗੈਰਾ ਸਾਰੇ ਬੰਦ ਹੋ ਗਏ ਆ
ਅਸੀਂ ਬਸ ਆਹ ਦੇਖਣਾ ਸੀ ਯਾਰ ਕਿ ਰਾਤ ਦੇ ਜਦੋਂ ਕਲੱਬ ਵਗੈਰਾ ਸਾਰੇ ਬੰਦ ਹੁੰਦੇ ਤਾਂ ਕਰਕੇ ਆਪਾਂ ਬੈਠੇ ਸੀ ਦੇਖਣਾ ਯਾਰ ਰਾਤ ਨੂੰ ਜਦੋਂ ਸਾਰੇ ਕਲੱਬ ਬੰਦ ਹੁੰਦੇ ਉਦੋਂ ਕੀ ਮਾਹੌਲ ਹੁੰਦਾ ਵਾ ਥੈਂਕ ਯੂ ਖਾਉਸਨ ਰੋਡ ਤੋਂ ਹੁਣ ਵਾਪਸ ਆ ਚੁੱਕੇ ਹਾਂ ਜੀ ਇੱਥੇ 7-Eleven ਸੋ ਹੋਟਲ ਦੇ ਬਾਹਰ ਹੀ ਸਾਡੇ 7-Eleven ਆ ਸੋ ਇੱਥੋਂ ਪਾਣੀ ਦੀ ਬੋਤਲ ਚੱਕਦੇ ਹਾਂ ਅਤੇ ਫਿਰ ਹੋਟਲ ਚੱਲਦੇ ਹਾਂ ਅਤੇ ਰੈਸਟ ਕਰਦੇ ਹਾਂ ਰਾਤ ਦੇ ਕੀ ਸਵੇਰ ਤੇ ਲਾ ਲਓ ਰਾਤ ਸਵੇਰ 4 ਵੱਜ ਚੁੱਕੇ ਨੇ ਅਤੇ ਖਾਉਸਨ ਰੋਡ 'ਤੇ ਯਾਰ ਜਿਹੜਾ ਮਾਹੌਲ ਆ ਉਹ ਕਿਆ ਬਾਤ ਹੈ ਉਹ ਸਟਰੀਟ 'ਤੇ ਬਸ ਘੁੰਮੋ ਤੁਸੀਂ ਇੰਜੋਏ ਕਰੋ ਵਾਈਬ ਨੂੰ ਮਿਊਜ਼ਿਕ ਯਾਰ ਜਿਹੜਾ ਉੱਥੇ ਮਿਊਜ਼ਿਕ ਵੱਜਦਾ ਨਾ ਕਲੱਬਾਂ ਬਾਰਾਂ ਦੇ ਵਿੱਚ ਉਹ ਇੱਕ ਵਾਈਬ ਅਲੱਗ ਹੀ ਕ੍ਰੀਏਟ ਕਰ ਦਿੰਦਾ ਯਾਰ ਮਜ਼ਾ ਆ ਗਿਆ ਉੱਥੇ ਸਟਰੀਟ 'ਤੇ ਘੁੰਮ ਕੇ ਸੋ ਉੱਥੇ ਆ ਕੇ ਸਿਰਫ ਘੁੰਮੋ ਯਾਰ ਸੋ ਮਤਲਬ ਘੁੰਮ ਕੇ ਤੁਸੀਂ ਦੇਖੋ ਯਾਰ ਉੱਥੇ ਕੀ ਮਾਹੌਲ ਚਾਲ ਆ ਬਸ